ਯਾਰ ਮੈਂ ਅੱਗੇ ਕਾਗਜ਼ ਭਰਾਉਣੇ ਆ, ਤੁਹਾਡਾ ਕੋਈ ਸਿੱਧਾ ਜਿਹਾ ਸਵਾਲ ਆ, ਪੁੱਠਾ ਸਿੱਧਾ ਜਿਹਾ ਉਹਦਾ ਜਵਾਬ ਲੈ ਲਓ। ਤੁਹਾਡਾ ਮੈਂ ਬੜਾ ਧੰਨਵਾਦੀ ਹਾਂ, ਸਾਡਾ ਨਾਂ ਵੀ ਤੁਸੀਂ ਪੇਸ਼ ਕੀਤਾ ਤੇ ਸਾਡਾ ਨਾਂ ਵੀ ਤੁਸੀਂ ਵਾਪਸ ਲੈ ਲਿਆ। ਨਾਂ ਤੁਸੀਂ ਲਿਖਦੇ ਸੀ, ਤੁਸੀਂ ਲਿਆਉਂਦੇ ਸੀ ਤੇ ਤੁਸੀਂ ਵਾਪਸ ਖਿੱਚ ਲੈਂਦੇ ਸੀ। ਸਾਡੇ ਨੂੰ ਤਾਂ ਕਿਸੇ ਨੇ ਪੁੱਛਿਆ ਨਾ ਲਿਆ, ਜੇ ਦੇਣੀ ਹੁੰਦੀ ਜਿਹਦੀ ਵੀ ਪਾਰਟੀ ਡਿਊਟੀ ਲਾਊਗਾ। ਮੈਂ ਤਾਂ ਸ਼ਹਿਰ ਤੋਂ ਨਹੀਂ ਭੱਜਿਆ, ਮੈਂ ਆਪਦਾ ਪੇਂਡੂ ਇਲਾਕਾ ਛੱਡ ਕੇ, ਜਿਹੜੀ ਸੀਟ ਸ਼੍ਰੋਮਣੀ ਅਕਾਲੀ ਦਲ 40 ਸਾਲ ਤੋਂ ਨਹੀਂ ਲੜੀ, ਕਾਂਗਰਸ ਦੀ ਝੋਲੀ ਪੈਂਦੀ ਰਹੀ ਆ, ਕਾਂਗਰਸ ਦੇ ਪ੍ਰਧਾਨ ਦੇ ਖਿਲਾਫ ਉਦੋਂ ਲੜ ਪਿਆ ਸੀ। ਇਸ ਲਈ ਚੋਣ ਲੜਨਾ, ਪਾਰਟੀ ਨਾਲ ਖਲੋਣਾ, ਇਹ ਸਾਡਾ ਜੋ ਪਾਰਟੀ ਹੁਕਮ ਲਾਊਗੀ ਕਰਾਂਗੇ। ਇਹ ਪਾਰਟੀ ਨੇ, ਕਿਉਂਕਿ ਵਿਰਸਾ ਸਿੰਘ ਦਾ ਵੀ ਨਾਂ ਆਉਂਦਾ ਸੀ, ਹਰਮੀਤ ਸਿੰਘ ਸੰਧੂ ਸਾਹਿਬ ਦਾ ਵੀ ਨਾਂ ਆਉਂਦਾ, ਪਾਰਟੀ ਨੇ ਸਾਰੀ ਗੱਲਾਂ ਵਿਚਾਰ ਕੇ ਸਾਥ ਵਿਰਸਾ ਸਿੰਘ ਜੀ ਨੂੰ ਟਿਕਟ ਦਿੱਤੀ ਆ ਸੀ ਉਹਨਾਂ ਦੇ ਨਾਲ। ਭਾਈ ਅੰਮ੍ਰਿਤਪਾਲ ਜੀ ਵੀ ਕਹਿ ਰਹੇ ਚੋਣ ਵਾਲੀ ਖੁੱਤੇ ਪਏ ਆ, ਵੀ ਕਿਹਨੇ ਪੰਥਕ ਆਗੂ ਆ, ਤੁਸੀਂ ਵੀ ਕਿਦਾਂ ਕਹਿੰਦੇ? ਇਸ ਤਰ੍ਹਾਂ ਜੀ, ਦੇਖੋ ਇਹ ਗੱਲ ਨਾ ਕੱਲੀ ਪੰਥਕ ਆਗੂ ਨਹੀਂ, ਪੰਥਕ ਹੋਣਾ ਬੜਾ ਜ਼ਰੂਰੀ ਹੈ। ਬਲਟੋਆ ਸਾਹਿਬ ਵੀ ਕਿਤੇ ਘੱਟ ਪੰਥਕ ਨਹੀਂ, 10 ਸਾਲ ਸਜ਼ਾ ਕੱਟੀ ਹੈ ਉਹਨਾਂ ਨੇ, ਲੰਮਾ ਸਮਾਂ ਜਿਹੜੇ ਸੰਘਰਸ਼ 'ਚ ਹਿੱਸਾ ਲਿਆ, ਜਦੋਂ ਬੇਇਨਸਾਫੀ ਹੋਈ 84 ਦੀ, ਉਹਦੇ ਖਿਲਾਫ ਆਵਾਜ਼ ਉਠਾਈ ਹੈ ਔਰ ਪਰਿਵਾਰ ਨੇ ਬਹੁਤ ਵੱਡਾ ਤਸ਼ੱਦਦ ਸਿਆ। ਇਸ ਲਈ ਮੈਂ ਜਿਹੜਾ ਵੀ ਪੰਥ ਖਾਤਰ, ਪੰਜਾਬ ਪੰਜਾਬੀ ਖਾਤਰ ਲੜੂਗਾ, ਮੈਂ ਉਹਦਾ ਸਤਿਕਾਰ ਕਰਦਾ। ਮੈਂ NSA ਇਹ ਜੀਆਂ ਸਾਰੀਆਂ ਧਰਾਵਾਂ ਦੇ ਉਲਟਾ, ਅੱਜ ਇਹ ਵੀ ਸੋਚਣਾ ਪੈਣਾ ਕਿ ਸਾਨੂੰ ਪਾੜ ਕੇ ਤਾਂ ਨਹੀਂ ਕੋਈ ਰਾਜ ਲੈਣਾ ਚਾਹ ਰਿਹਾ, ਸਭ ਨੂੰ ਇਕੱਠੇ ਹੋ ਕੇ, ਔਰ ਜਿਹੜੇ ਵੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਪੈਣਾ ਕਿ ਭਾਈ ਤੁਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ, ਔਰ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ, ਕਾਨੂੰਨ ਤੋਂ ਉੱਤੇ ਕੋਈ ਨਹੀਂ। ਇਸ ਲਈ ਮੈਂ ਬੜਾ ਕਲੀਅਰ ਹਾਂ ਕਿ ਜਿਹੜਾ ਵੀ ਇਸ ਗੱਲ ਦਾ ਵਿਸ਼ਵਾਸ ਦਵਾਊਗਾ ਉਹਦਾ ਹੱਕ ਹੈ ਜੀ ਲੋਕਤੰਤਰ 'ਚ ਚੋਣ ਲੜਨਾ, ਔਰ ਚੋਣ ਲੜਨਾ ਸਭ ਦਾ ਅਧਿਕਾਰ ਹੈ। ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਕਿ ਕਿਹੜਾ ਪਾਰਲੀਮੈਂਟ ਜਾਊ ਤੇ ਨੌਕਰੀ ਦੀ, ਮਹਿੰਗਾਈ ਦੀ, ਡੀਜ਼ਲ ਪੈਟਰੋਲ ਦੇ 100-100 ਰੁਪਏ ਕੀਮਤ ਦੀ, ਬਾਰਡਰ ਦੇ ਇਲਾਕੇ ਦੀ, ਕਿਸਾਨੀ ਸੰਘਰਸ਼ ਦੀ ਜਾ ਕੇ ਗੱਲ ਕਰੂਗਾ। ਇਸ ਲਈ ਸਾਰੀ ਗੱਲਾਂ ਵਿਚਾਰ ਕੇ ਸਹੀ ਵਕੀਲ ਭੇਜਣਾ ਜਿਹਦਾ 0 ਕੰਪਰੋਮਾਈਜ਼ ਹੋਵੇ, 0 ਟਾਲਰੈਂਸ ਹੋਵੇ, 0 ਕੰਪਰੋਮਾਈਜ਼ ਸਰਕਾਰਾਂ ਦੇ ਨਾਲ, ਔਰ 0 ਟਾਲਰੈਂਸ ਕਿਸੇ ਤਰੀਕੇ ਦੀ ਵੀ ਬੇਇਨਸਾਫੀ ਦੇ ਨਾਲ। ਹਾਂਜੀ, ਦੇਖੋ ਇੱਕ ਮੈਂ ਗੱਲ ਦੱਸਾਂ, ਇਹ ਤੁਹਾਡਾ ਪੱਤਰਕਾਰਾਂ ਦਾ ਸਵਾਲ ਹੁੰਦਾ, ਹਰ ਜਿੰਨੇ ਇਲੈਕਸ਼ਨ 'ਚ ਖਲੋਤੇ ਸਾਰੀ ਸਤਿਕਾਰਯੋਗ, ਫੈਸਲਾ ਲੋਕਾਂ ਨੇ ਕਰਨਾ। ਮੈਂ ਇਹ ਜੀ ਹੰਕਾਰੀ ਗੱਲ ਕਹਿ ਦਿਆਂ ਜੀ, ਫਲਾਣੇ ਨਾਲ ਆ, ਢੀਂਗੜੇ ਨਾਲ ਆ, ਮੇਰੀ ਉਹ ਪੋਲਿਟਿਕਸ। ਕੁਲਵੀਰ ਜੀ ਦਾ ਕਹਿ ਰਿਹਾ ਵਾ ਵੀ ਸਾਰੇ ਮੀਡੀਆ ਡੋਪ ਟੈਸਟ ਕਰਾਏ ਜਾਣ, ਕਿਵੇਂ ਦੇ ਦਿਓ ਉਹਨਾਂ ਦੇ ਬਿਆਨ? ਉਹ ਤੁਸੀਂ ਨਾ ਜੀਰੇ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰੋ, ਉਹਦਾ ਤਾਂ ਆਪਦਾ ਟੱਬਰ ਨਹੀਂ, ਉਹਦੀ ਗੱਲ ਧਿਆਨ ਨਾਲ ਸੁਣਦਾ, ਤਾਂ ਬਹੁਤ ਕੁਝ ਬੋਲਦਾ। ਇਸ ਲਈ ਉਹਦੀ ਗੱਲ 'ਚ ਕੋਈ ਦਮ, ਉਹਦੀ ਪਾਰਟੀ ਨਹੀਂ ਬਾਲੀ ਉਹਦੀ ਗੱਲ ਦੀ ਤਵੱਜੋ ਦਿੰਦੀ, ਇਹ ਕਹਿ ਕੂ ਕੇ ਬੜੀਆਂ ਸਟੇਜਾਂ ਤੋਂ ਹਰ ਗੱਲ ਤੇ ਮੁੱਕਰਦਾ ਰਿਹਾ। ਜੋ ਨੇ ਜੋ ਟੈਸਟ ਕਰਾਉਣਾ ਜੀ ਸੱਦ ਕੇ ਕਰਾਉਣ, ਉਹਨੇ ਆਪ ਕਰਨਾ, ਕਰਾਉਣਾ ਜੋ ਮਰਜ਼ੀ ਕਰਨ, ਇਹ ਗੱਲ ਤੇ ਕੋਈ। ਦੇਖੋ ਜਿਹੜੇ ਫਜ਼ੂਲ ਦੇ ਗੱਲ ਕਰਨਾ ਜਿਵੇਂ ਮੋਦੀ ਸਾਹਿਬ ਕਰਦੇ ਆ, ਉਹ ਜੇ ਜੀਰਾ ਕਰਦਾ, ਮੋਦੀ ਸਾਹਿਬ ਕੀ ਕਹਿੰਦੇ ਜੀ ਤੁਹਾਡੇ ਮੰਗਲ ਸੂਤਰ ਲਾ ਲੈਣਗੇ, ਕੀ ਪੰਜਾਬ 'ਚ 75 ਸਾਲਾਂ 'ਚ ਕਿਸੇ ਦਾ ਮੰਗਲ ਸੂਤਰ ਲੱਗਿਆ? ਕੋਈ ਕਹਿੰਦਾ ਜੀ ਇਹਨੂੰ ਤਾਲੇ ਲਵਾ ਦੇਣਗੇ, ਕਦੇ ਤਾਲੇ ਲੱਗੇ? ਪੰਜਾਬ ਦੇ ਲੋਕ ਤਾਂ ਸਰਬੱਤ ਦੇ ਭਲੇ ਵਾਸਤੇ, ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ, ਅਸੀਂ ਤਾਂ ਮਰ ਮਿਟਣ ਵਾਲੇ ਲੋਕ ਹਾਂ, ਜੇ ਬੇਇਨਸਾਫੀ ਕਿੱਥੇ ਹੋਵੇ? ਇਸ ਲਈ ਇਹ ਮੁੱਦੇ ਤੇ ਰਹਿਣ, ਮਹਿੰਗਾਈ ਮੁੱਦਾ, ਕਿਸਾਨੀ MSP ਮੁੱਦਾ,
ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਮੁੱਦਾ, 16 ਲੱਖ ਕਰੋੜ ਰੁਪਈਆ ਪੂੰਜੀਪਤੀਆਂ ਦਾ ਮਾਫ਼ ਕਰਤਾ ਤੇ ਕਿਸਾਨਾਂ ਖੇਤ ਮਜ਼ਦੂਰਾਂ ਦੀ ਦੁਆਨੀ ਮਾਫ਼ ਨਹੀਂ ਕੀਤੀ ਸਰਕਾਰ ਨੇ। ਸਭ ਤੋਂ ਜ਼ਿਆਦਾ ਵਿਗੜਿਆ 100% ਸਿੱਧੂ ਮੂਸੇ ਵਾਲੇ ਦੇ ਮਰਡਰ ਦਾ ਜ਼ਿੰਮੇਵਾਰ ਭਗਵੰਤ ਮਾਨ, ਔਰ ਇਹ ਗੱਲ ਉਹਨਾਂ ਦੇ ਆਪ ਦੇ ਐਡਵੋਕੇਟ ਜਨਰਲ ਨੇ ਜਾ ਕੇ ਸੁਪਰੀਮ ਕੋਰਟ 'ਚ ਮੰਨ ਲਈ ਕਿ ਅਸੀਂ ਸਿਕਿਉਰਿਟੀ ਘਟਾਈ ਆ, ਸਾਡੀ ਘਟਾਉਣ ਕਰਕੇ ਉਹਦੇ ਅਟੈਕ ਹੋ ਗਿਆ। ਉਹ ਇਨਫੋਰਮੇਸ਼ਨ ਜਨਤਕ ਵੀ ਚੀਫ ਮਿਨਿਸਟਰ ਦੇ ਐਡਵਾਈਜ਼ਰ ਪੰਨੂ ਨੇ ਕੀਤੀ ਤੇ ਇਜ਼ੀ ਅਬਵ ਲਾਅ ਕਾਰਵਾਈ ਹੋਵੇ। ਨੰਗਲ ਅੰਬੀਆਂ ਦਾ ਮਰਡਰ ਰੋਜ਼ ਇੱਥੇ ਫਰੌਤੀਆਂ ਆ ਤਰਨ ਤਾਰਨ 'ਚ, ਹੁਣ ਇੱਕ ਸੁਨਿਆਰੇ ਤੋਂ 50 ਲੱਖ ਰੁਪਈਆ ਮੰਗ ਲਿਆ, ਦਿਨ ਦਿਹਾੜੇ ਕਦੇ ਕੱਪੜੇ ਵਾਲਾ ਮਾਰਤਾ, ਕਦੇ ਕੋਈ ਮਾਰਤਾ, ਇਹ ਫੇਲੀਅਰ ਕਿਹਦਾ? ਸ਼ੁਭ ਕਰਮ ਦੇ ਗੋਲੀ ਵੱਜੀ ਪੰਜਾਬ 'ਚ ਵੱਜੀ, ਪ੍ਰਿਤਪਾਲ ਪੰਜਾਬ 'ਚੋਂ ਚੱਕਿਆ, ਹੁਣ ਕਿਸਾਨੀ ਸੰਘਰਸ਼ 'ਚ ਕਿਉਂ ਪਰਚਾ ਨਹੀਂ ਦਰਜ ਹੋਇਆ? ਫੇਲੀਅਰ ਕਿਹਦਾ? ਕੱਲਾ ਤੇ ਕੱਲਾ ਆਪ ਦਾ ਭਗਵੰਤ ਮਾਨ। ਇਸ ਲਈ ਜੋ ਸ਼ਬਦ ਲਾਲਜੀਤ ਭੁੱਲਰ ਨੇ ਸੁਨਿਆਰੇ ਭਾਈਚਾਰੇ ਦੇ ਖਿਲਾਫ, ਰਾਮਗੜੀਆ ਭਾਈਚਾਰੇ ਦੇ ਖਿਲਾਫ ਵਰਤੇ, ਵੈਸੇ ਤਾਂ ਜੇ ਭਗਵੰਤ ਮਾਨ ਗੁਰੂ ਦਾ ਸਤਿਕਾਰ ਕਰਦਾ, ਵਿਸਾਖੀ ਵਾਲੇ ਦਿਨ ਇਹ ਗੱਲਾਂ ਕਹੀਆਂ ਗਈਆਂ ਸਨ, ਖਾਲਸੇ ਦਾ ਜਨਮ ਜਿਸ ਦਿਨ ਅਸੀਂ ਬੜੇ ਸਤਿਕਾਰ ਨਾਲ ਮਨਾਉਂਦੇ ਉਸ ਦਿਨ ਇਹ ਗੱਲਾਂ ਹੋਈਆਂ, ਇਹਨੂੰ ਤਾਂ ਪਰਚਾ ਦਰਜ ਕਰਕੇ ਅੰਦਰ ਦੇ ਦੇਣਾ ਚਾਹੀਦਾ ਸੀ। ਮਗਰ ਜਿਹੜੇ ਅੱਜ ਪੰਜਾਬ ਨੂੰ ਤੋੜਨਾ ਚਾਹੁੰਦੇ ਆ, ਉਹਨਾਂ ਤੋਂ ਸੁਚੇਤ ਰਹਿ ਕੇ ਬਚਣਾ ਰਹਿ, ਚਾਹੇ ਲੜਾਈ ਲੜੇ ਆ ਪਰਿਵਾਰ ਨਾਲ ਸਲਾਹ ਕਰਕੇ, ਜੇ ਕਿਉਂਕਿ ਦੇਖੋ ਪਰਿਵਾਰ ਵੀ ਲੜਾਈ ਲੜ ਰਿਹਾ, ਜੇ ਕਹੂਗਾ ਤੇ ਅਸੀਂ ਇਹ ਹਰ ਤਰੀਕੇ ਨਾਲ ਇਹਦੀ PIL ਪਾ ਕੇ ਲੜਾਈ ਲੜਾਂਗੇ। ਉਹ ਤਾਂ ਦੇਖੋ ਜੇ ਮੈਂ ਤਾਂ ਕਹਿੰਦਾ NSA ਵਾਪਸ ਹੋਣੀ ਚਾਹੀਦੀ, ਕਿਸੇ ਤੇ ਵੀ ਲੱਗੇ, ਕਿਸੇ ਇੱਕ ਦੀ ਗੱਲ ਨਹੀਂ, ਸਭ ਤੇ ਵਾਪਸ ਹੋਵੇ।